ਨਮਸਕਾਰ, ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ। ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੀ ਨੰਗਲ ਤਹਿਸੀਲ ਇੱਕ ਵਾਰ ਫਿਰ ਚਰਚਾ ਦੇ ਵਿੱਚ ਆ ਗਈ ਹੈ। ਨਕਲੀ ਵਾਹਨ ਆਰਸੀ ਘੁਟਾਲੇ ਦੀ ਗੂੰਜ ਹਲੇ ਸ਼ਾਂਤ ਨਹੀਂ ਹੋਈ ਸੀ ਕਿ ਹੁਣ ਨਕਲੀ ਰਜਿਸਟਰੀਆਂ ਦੇ ਨਾਲ ਜੁੜਿਆ ਇੱਕ ਹੋਰ ਵੱਡਾ ਮਾਮਲਾ ਸਾਹਮਣੇ ਆ ਗਿਆ ਹੈ। ਜ਼ਮੀਨ ਦੀ ਰਜਿਸਟਰੀ ਦੇ ਨਾਲ ਜੁੜਿਆ ਇੱਕ ਘੁਟਾਲਾ ਨਾ ਸਿਰਫ ਪ੍ਰਸ਼ਾਸਨ ਦੇ ਕੰਮ ਕਾਜ ਉੱਤੇ ਸਵਾਲ ਖੜੇ ਕਰਦਾ ਹੈ, ਸਗੋਂ ਸਰਕਾਰੀ ਰੈਵਨਿਊ ਨੂੰ ਵੀ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਉਣ ਦਾ ਭੇਦ ਵੀ ਖੋਲਦਾ ਹੈ। ਆਖਿਰਕਾਰ ਇਹ ਘੁਟਾਲਾ ਕਿਵੇਂ ਹੋਇਆ, ਇਸ ਦੇ ਪਿੱਛੇ ਕੌਣ ਹੈ ਅਤੇ ਕੀ ਇਸ ਉੱਤੇ ਹੁਣ ਤੱਕ ਕੋਈ ਕਾਰਵਾਈ ਹੋਈ, ਆਓ ਇਸ ਮਾਮਲੇ ਦੀ ਸੱਚਾਈ ਜਾਣਦੇ ਹਾਂ। ਨੰਗਲ ਤਹਿਸੀਲ ਦੇ ਵਿੱਚ ਨਕਲੀ ਰਜਿਸਟਰੀਆਂ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਕਲਸੇੜਾ ਖੇਤਰ ਦੇ ਵਿੱਚ ਇੱਕ ਕੀਮਤੀ ਕਮਰਸ਼ੀਅਲ ਜ਼ਮੀਨ ਨੂੰ ਖੇਤੀਬਾੜੀ ਜ਼ਮੀਨ ਦੱਸ ਕੇ ਵੇਚ ਦਿੱਤਾ ਗਿਆ। ਹੱਦ ਤਾਂ ਇਹ ਹੈ ਕਿ ਜਿਸ ਖੇਤਰ ਦੇ ਵਿੱਚ ਰਜਿਸਟਰੀਆਂ ਪਹਿਲਾਂ ਹੀ ਬੰਦ ਹੋ ਚੁੱਕੀਆਂ ਹਨ, ਉਸੇ ਖੇਤਰ ਦੇ ਵਿੱਚ ਇਹ ਰਜਿਸਟਰੀ ਕਰ ਦਿੱਤੀ ਗਈ। ਇਹ ਸਿਰਫ ਕਾਨੂੰਨ ਦੀ ਉਲੰਘਣਾ ਨਹੀਂ, ਸਗੋਂ ਸਰਕਾਰੀ ਹੁਕਮਾਂ ਤੇ ਨੀਤੀਆਂ ਦੀ ਧੱਜੀਆਂ ਉਡਾਉਣ ਦਾ ਮਾਮਲਾ ਹੈ। ਇਸ ਘੁਟਾਲੇ ਦੇ ਵਿੱਚ ਯੁਵਕ ਨੇ ਸ਼ਹਿਰ ਦੇ ਇੱਕ ਵੱਡੇ ਕਾਰੋਬਾਰੀ ਨਾਲ ਜ਼ਮੀਨ ਦਾ ਸੌਦਾ ਕੀਤਾ, ਪਰ ਜਦ ਰਜਿਸਟਰੀ ਕਰਵਾਉਣ ਦਾ ਸਮਾਂ ਆਇਆ ਤਾਂ ਉਸਨੇ ਇਹ ਕਹਿ ਕੇ ਮਾਮਲਾ ਟਾਲ ਦਿੱਤਾ ਕਿ ਸੰਬੰਧਿਤ ਖੇਤਰ ਵਿੱਚ ਰਜਿਸਟਰੀਆਂ ਬੰਦ ਹਨ। ਹਾਲਾਂਕਿ ਉਸਨੇ ਨੰਗਲ ਤਹਿਸੀਲ ਦੇ ਕਰਮਚਾਰੀਆਂ ਦੀ ਕਥਿਤ ਸਾਂਠ ਗਾਂਠ ਨਾਲ ਇਸੇ ਜ਼ਮੀਨ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਤੇ ਰਜਿਸਟਰੀ ਕਰਵਾ ਦਿੱਤੀ। ਇਹ ਸਾਰਾ ਘਟਨਾ ਚੱਕਰ ਪ੍ਰਸ਼ਾਸਨ ਦੀ ਕਾਰਜਗੁਜ਼ਾਰੀ ਉੱਤੇ ਗੰਭੀਰ ਸਵਾਲ ਖੜੇ ਕਰਦਾ ਹੈ। ਜ਼ਮੀਨ ਖਰੀਦਣ ਵਾਲੇ ਸੁਰਿੰਦਰਪਾਲ ਸਿੰਘ ਨੇ ਇਸ ਧੋਖਾਧੜੀ ਦਾ ਪਰਦਾਫਾਸ਼ ਕੀਤਾ। ਉਸਨੇ SSP ਗੁਲਨੀਤ ਸਿੰਘ ਖੁਰਾਨਾ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੇ ਆਧਾਰ ਉੱਤੇ ਨੰਗਲ ਪੁਲਿਸ ਨੇ ਦੋਸ਼ੀ ਨਿਤਿਨ ਬਾਲੀ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ। SHO ਰਾਹੁਲ ਸ਼ਰਮਾ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਅਤੇ ਪੁਲਿਸ ਦੋਸ਼ੀ ਨੂੰ ਫੜਨ ਦੇ ਵਿੱਚ ਲਗਾਤਾਰ ਯਤਨ ਕਰ ਰਹੀ ਹੈ। ਇਸ ਮਾਮਲੇ ਦੇ ਵਿੱਚ SDM ਅਮਨਜੋਤ ਕੌਰ ਨੇ ਕਿਹਾ ਕਿ ਤਹਿਸੀਲ ਦਫ਼ਤਰ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ ਅਤੇ ਇਸ ਲਈ ਤਹਿਸੀਲਦਾਰ ਜ਼ਿੰਮੇਵਾਰ ਹਨ। ਦੂਜੇ ਪਾਸੇ ਨਾਇਬ ਤਹਿਸੀਲਦਾਰ ਨੇ ਖੁਦ ਨੂੰ ਟ੍ਰੇਨੀ ਦੱਸਦੇ ਇਸ ਮਾਮਲੇ ਦੇ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਿਆ ਹੈ। ਹਾਲਾਂਕਿ ਸਵਾਲ ਇਹ ਹੈ ਕਿ ਜੇਕਰ ਉਹ ਆਪਣੇ ਆਪ ਨੂੰ ਟ੍ਰੇਨੀ ਦੱਸ ਰਹੇ ਹਨ ਤਾਂ ਨਵੀਆਂ ਰਜਿਸਟਰੀਆਂ ਉੱਤੇ ਦਸਖਤ ਕਿਉਂ ਕਰ ਰਹੇ ਹਨ? ਇਹ ਪਹਿਲੀ ਵਾਰ ਨਹੀਂ ਹੈ ਕਿ ਨੰਗਲ ਤਹਿਸੀਲ ਵਿਵਾਦਾਂ ਦੇ ਵਿੱਚ ਹੈ। ਇਸ ਤੋਂ ਪਹਿਲਾਂ ਨਕਲੀ ਵਾਹਨ ਆਰਸੀ ਘੁਟਾਲੇ ਨੇ ਵੀ ਤਹਿਸੀਲ ਪ੍ਰਸ਼ਾਸਨ ਨੂੰ ਵਿਵਾਦਾਂ ਦੇ ਵਿੱਚ ਘੇਰਿਆ ਸੀ। ਇਹ ਮਾਮਲਾ ਵੀ SDM ਅਮਨਜੋਤ ਕੌਰ ਦੇ ਕਾਰਜਕਾਲ ਦੇ ਦੌਰਾਨ ਸਾਹਮਣੇ ਆਇਆ ਸੀ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸ ਬਾਰੇ ਸਵਾਲ ਉੱਠ ਰਿਹਾ ਹੈ ਕਿ ਇਸ ਘੁਟਾਲੇ ਦੇ ਦੋਸ਼ੀ ਵੀ ਬਚ ਕੇ ਨਿਕਲ ਜਾਣਗੇ? ਨਕਲੀ ਰਜਿਸਟਰੀ ਘੁਟਾਲੇ ਨੇ ਸਰਕਾਰ ਦੇ ਰਜਿਸਟਰੀ ਵਿਭਾਗ ਨੂੰ ਕਰੋੜਾਂ ਦਾ ਨੁਕਸਾਨ ਪਹੁੰਚਾਇਆ ਹੈ। ਸਥਾਨਕ ਲੋਕ ਕਹਿੰਦੇ ਹਨ ਕਿ ਅਜਿਹੇ ਭ੍ਰਿਸ਼ਟਾਚਾਰ ਦਾ ਖਮਿਆਜਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਤਹਿਸੀਲ ਦਫ਼ਤਰ ਦੇ ਸਾਰੇ ਕਰਮਚਾਰੀਆਂ, ਪਟਵਾਰੀਆਂ ਅਤੇ ਅਧਿਕਾਰੀਆਂ ਦੀ ਭੂਮਿਕਾ ਦੀ ਵਿਆਪਕ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦਾ ਭਰੋਸਾ ਦਿਵਾਇਆ ਗਿਆ ਹੈ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਸਰ, ਕੇਸ ਮੇਰੇ ਕੋਲ ਹੁਣੇ ਤੁਸੀਂ ਫੜਾਇਆ ਹੈਗਾ, ਹੁਣੇ ਮੇਰੇ ਕੋਲ ਆਇਆ। ਮੈਂ ਬੀਂਗ ਨੈਬ ਤਹਿਸੀਲਦਾਰ, ਇੱਥੇ ਅੰਡਰ ਟ੍ਰੇਨਿੰਗ ਆਇਆ ਹੋਇਆ। ਸੀਨੀਅਰਸ ਨਾਲ ਮੈਂ ਡਿਸਕਸ ਕਰਕੇ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ, ਤੁਸੀਂ ਕਾਇੰਡਲੀ ਉਹਨਾਂ ਨੂੰ ਰੈਫਰ ਕਰ ਲਓ ਜੀ। ਇੱਕ FIR ਨੰਬਰ 157 ਮਿਤੀ 12/11/2024 ਅੰਡਰ ਸੈਕਸ਼ਨ 420 ਰਜਿਸਟਰਡ ਹੋਈ ਸੀ। ਇਸ ਵਿੱਚ ਸਾਨੂੰ ਰਜਿਸਟਰਡ ਹੋਣ ਲਈ ਆਈ ਉੱਪਰੋਂ ਹੈ। ਇਹਦੀ ਜਿਹੜੀ DSP ਸਾਹਿਬ ਨੰਗਲ ਵੱਲੋਂ ਇਹਦੀ ਪੜਤਾਲ ਕੀਤੀ ਗਈ। ਕੰਪਲੇਨੈਂਟ ਵਿੱਚ ਸੀ ਸੁਰਿੰਦਰਪਾਲ ਸਿੰਘ ਕੋਹਲੀ, ਜਿਨ੍ਹਾਂ ਨੇ ਨਿਤਿਨ ਬਾਲੀ ਦੇ ਖਿਲਾਫ਼ ਜਿਹੜਾ ਇਹ FIR ਰਜਿਸਟਰਡ ਕਰਾਈ ਹੈ ਜੀ। ਇਹਦੇ ਵਿੱਚ ਜਿਹੜਾ ਹੈਗਾ, ਇਹਨੇ ਪਹਿਲਾਂ 1,300,000 ਰੁਪਏ ਲੈ ਕੇ ਇਹਨਾਂ ਨਾਲ ਜਿਹੜੀ ਹੈਗੀ ਰਜਿਸਟਰੀ ਕਰਾਉਣ ਲਈ ਬਿਆਨਾ ਲੈ ਲਿਆ ਅਤੇ ਉਸ ਤੋਂ ਬਾਅਦ ਜਿਹੜੀ ਹੈਗੀ ਆਪਣੀ ਮਾਂ ਦੇ ਨਾਮ ਰਜਿਸਟਰੀ ਕਰਵਾ ਦਿੱਤੀ ਜੀ। ਉਸ ਦੇ ਆਧਾਰ 'ਤੇ ਜਿਹੜਾ ਹੈਗਾ ਇਹਨਾਂ ਖਿਲਾਫ਼ FIR।